ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਤੇ ਇਹਨਾਂ ਨੇ 3-4 ਘੰਟੇ ਬੰਨ ਕੇ ਤਸੱਲੀ ਨਾਲ ਕੁੱਟਿਆ ਪੂਰਾ ਰਾੜਾ ਨਾਲ 5-4 ਜਣੇ ਜਿੰਨੇ ਵੀ ਸੀਗੇ ਜਿੰਨਾ ਨਾਮ ਨੇ ਤੇ ਤੁਸੀਂ ਦੇਖੋਗੇ ਤੁਸੀਂ ਆਪ ਹੁਣ ਥੋੜਾ ਰੂਹ ਕੰਬ ਜੂਗੀ ਦੇਖ ਕੇ ਬੰਦੇ ਨੂੰ। ਮੰਗ ਮੈਂ ਆਪਣੇ ਬੱਚੇ ਵਾਸਤੇ ਮੰਗ ਨਹੀਂ ਕਰਦਾ, ਮੈਂ ਛੋਟੇ ਬੱਚੇ ਜਿੰਨੇ ਵੀ ਆਪਣੇ ਦੇਸ਼ ਦੇ ਬੱਚੇ ਨੇਗੇ ਮੈਂ ਸਾਰੇ ਵਾਸਤੇ ਮੰਗ ਕਰਦਾ। ਇਹ ਜੋ ਵੀ ਜ਼ੁਲਮ ਹੋਇਆ ਕਿ ਆਮ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ, ਉਹਨੂੰ ਕੋਈ ਪ੍ਰੇਮ ਕਰਨ ਦਾ ਕੋਈ ਹੱਕ ਨਹੀਂ ਹੈਗਾ। ਸਭ ਨੂੰ ਚਾਹੀਦਾ, ਇੱਕ ਬੱਚੇ ਨੂੰ ਚਾਹੀਦਾ ਵੀ ਪ੍ਰੇਮ ਕਰਨ, ਸਭ ਨੂੰ ਅਧਿਕਾਰ ਹੈ। ਲੇਕਿਨ ਇਹ ਗੱਲ ਨਹੀਂ ਹੈ ਕਿ 3 ਦਿਨ ਹੋ ਗਏ ਬੱਚਾ ਕੁੱਟਮਾਰ ਉੱਥੇ ਪਿਆ, ਉਹਨੂੰ ਕੋਈ ਇਨਸਾਫ ਨਹੀਂ ਮਿਲਿਆ, ਉਹਨੂੰ ਕੋਈ ਉਹਦੇ ਵਾਸਤੇ ਕੋਈ ਖੜਾ ਨਹੀਂ ਹੋਇਆ। ਇਸ ਕਰਕੇ ਸਾਨੂੰ ਅਸੀਂ ਇਨਸਾਫ ਚਾਹੁੰਦੇ ਹਾਂ ਵੀ ਬੱਚਾ ਉਹਦੇ 3 ਦਿਨ ਦਾ ਹਸਪਤਾਲ 'ਚ ਪਿਆ, ਅਸੀਂ ਉਹਦੇ ਵਾਸਤੇ ਇਨਸਾਫ ਚਾਹ ਰਹੇ ਹਾਂ। ਉਹ ਮੌਤ ਦੇ ਮੂੰਹ ਲੜ ਰਿਹਾ। ਕਿਵੇਂ ਮਾਮਲਾ ਹੋਇਆ, ਕਿਵੇਂ ਕਿਹਨੇ ਕੁੱਟਮਾਰ ਕੀਤੀ, ਕਿੱਥੇ ਗਏ ਸੀਗੇ? ਕੀ ਮਾਮਲਾ ਹੈ? ਮੁੰਡੇ ਦਾ ਜਨਮਦਿਨ ਸੀਗਾ ਉਹਦਾ 9 ਤਰੀਕ ਨੂੰ, ਜਨਮਦਿਨ 'ਤੇ ਆਪਣਾ ਉਹਦੇ ਫਰੈਂਡ ਸੀ ਕੋਈ ਵੀ ਹੈ, ਚੱਲ ਦੋਸਤ ਹੁੰਦੇ ਨੇ ਬੱਚੇ ਅੱਜ ਕੱਲ੍ਹ, ਕੋਈ ਇਹੋ ਗੱਲ ਨਹੀਂ, ਸਭ ਦੇ ਨੇ ਦੋਸਤ। ਉਹ ਕਹਿੰਦੇ ਮੈਂ ਪਾਰਟੀ ਲੈਣੀ ਹੈ, ਪਾਰਟੀ ਜਨਮਦਿਨ ਦੀ ਪਾਰਟੀ, ਮੈਂ ਪਾਰਟੀ ਨਹੀਂ ਹੈ। ਉਹ ਕਹਿੰਦਾ ਨਹੀਂ ਆਪਾਂ ਕੋਈ ਸ਼ਾਮ ਨੂੰ ਕਰ ਲਾਂਗੇ। ਕਹਿੰਦੇ ਨਹੀਂ ਮੈਂ ਪਾਰਟੀ ਹੁਣੇ ਲੈਣੀ ਹੈ। ਚਲੋ ਬੱਚੇ ਨੇ ਚਲੋ ਮੰਨ ਲਏ, ਉਹਦਾ ਫੋਨ ਆਇਆ ਸੀਗਾ, ਚਲੇ ਗਏ ਚਲੋ ਚੰਡੀਗੜ੍ਹ ਜਾਂ ਚਲੇ ਗਏ ਜਾਂ ਬਰੂਰ ਚਲੇ ਗਏ ਸੀਗੇ। ਬੱਚੇ ਦੇ ਮਾਂ ਘਰ ਘਰ ਦੇ ਪਤਾ ਲੱਗ ਗਿਆ, ਉਹਨੇ ਪਿੱਛਾ ਕਰ ਲਿਆ ਉੱਥੇ, ਦੱਸਤਾ ਪਤਾ, ਅਤੇ ਉਹਨਾਂ ਨੇ ਫੜਵਾ ਲਿਆ। ਫੜਾ ਕੇ ਉਹ ਘਰ ਲਿਆ, ਉੱਥੇ ਕੁੱਟਮਾਰ ਕਰਦੇ ਕਰਦੇ ਘਰ ਤੱਕ ਕੁੱਟਿਆ ਮੰਨ ਕੇ। ਉਹ ਇੰਨਾ ਉਹਨੂੰ ਕੁੱਟਿਆ ਮਾਰਿਆ, ਉਹਦੇ ਸਾਰੇ ਨਿਸ਼ਾਨ ਨੀਲ 'ਤੇ, ਬਾਂਹ ਟੁੱਟੀ ਵੀ ਉਹਦੀ, ਸਾਰੇ ਉਹਦੇ ਅੰਦਰ ਦਾ ਖੂਨ ਜਾਮ ਹੈ, ਇੰਨੀ ਬੇਹੋਸ਼ੀ ਹਾਲਤ ਹੀ ਹੈ। ਹਾਲ ਤੱਕ ਕੋਈ ਉਹਨੂੰ ਹੋਸ਼ ਨਹੀਂ ਆਇਆ ਜਵਾਕ ਨੂੰ। ਮੁੰਡਾ ਪੂਰੀ ਲੜਾਈ ਲੜਿਆ ਮੌਤ ਦੀ ਜ਼ਿੰਦਗੀ ਦੀ, ਉਹ ਵਿਚਾਰੇ ਨੂੰ ਉਹਦਾ ਸਾਥ ਖੜਾ ਦਾ ਕੋਈ ਨਹੀਂ, ਉਹ ਆਮ ਗਰੀਬ ਬੰਦਾ ਵਿਚਾਰੇ, ਕੋਈ ਪੈਸੇ ਵੀ ਨਹੀਂ ਜਲਾਦ ਕਰਦੇ ਆਪਣੇ ਹੈਗੇ। ਅਤੇ ਅਸੀਂ ਮੈਂ ਚਾਹੁੰਦਾ ਕਿ ਗਰੀਬ ਬੰਦੇ ਦਾ ਕੋਈ ਕਾਨੂੰਨ, ਗਰੀਬਾਂ 'ਚ ਕੋਈ ਕਾਨੂੰਨ ਨਹੀਂ ਹੈਗਾ। ਕੀ ਮੰਗ ਹੈ? ਦੇਖੋ ਬੱਚੇ ਸਾਰੇ ਪਰਮਾਤਮਾ ਲਈ ਆਪਾਂ ਬੱਚੇ ਹਾਂ, ਅਸੀਂ ਇਨਸਾਫ ਪਰਮਾਤਮਾ ਸੇਮ ਚਾਹੁੰਦੇ ਹਾਂ। ਐਂ ਨਹੀਂ ਕੋਈ ਅਮੀਰ ਬੰਦਾ ਪ੍ਰੈਸ਼ਰ ਪਵਾ ਦੇ, ਅਸੀਂ ਕਿਸੇ ਦਾ ਕੋਈ ਉਹ ਨਹੀਂ ਕਰਾਉਂਦੇ ਵੀ ਹਿੱਕ ਦਾ ਹੱਕ ਬਣਦਾ। ਜੇ ਇਨਸਾਫ ਦਾ ਮੰਦਰ ਬਣਾਇਆ, ਹੱਕ ਵਾਸਤੇ ਬਣਾਇਆ, ਇਨਸਾਫ ਵਾਸਤੇ ਬਣਾਇਆ, ਇੰਨੀ ਬੰਦਾ ਹਰ ਇੱਕ ਬੰਦਾ ਇੱਥੋਂ ਹੀ ਉਮੀਦ ਰੱਖਦਾ। ਪੁਲਿਸ ਨੇ ਸਾਨੂੰ 12 ਵਜੇ ਟਾਈਮ ਦਿੱਤਾ, ਅਸੀਂ ਹੁਣ ਹਾਜ਼ਰ ਹਾਂ, ਹੁਣ ਅਸੀਂ ਦੁਬਾਰਾ ਇਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਦੇਖੋ ਸਾਡੇ ਨਾਲ ਕੀ ਇਨਸਾਫ ਕਰਦੇ ਨੇ, ਉਸ ਤੋਂ ਬਾਅਦ ਤੁਹਾਨੂੰ ਅਸੀਂ ਫਿਰ ਖਬਰ ਦੇ ਦਾਂ। ਅਤੇ ਇਹਨਾਂ ਨੇ 3-4 ਘੰਟੇ ਬੰਨ ਕੇ ਤਸੱਲੀ ਨਾਲ ਕੁੱਟਿਆ ਪੂਰਾ ਰਾੜਾ ਨਾਲ, 5-4 ਜਣੇ ਜਿੰਨੇ ਵੀ ਸੀਗੇ ਜਿੰਨਾ ਨਾਮ ਨੇ, ਅਤੇ ਤੁਸੀਂ ਦੇਖੋਗੇ ਤੁਸੀਂ ਆਪ ਹੁਣ ਥੋੜਾ ਰੂਹ ਕੰਬ ਜੂਗੀ ਦੇਖ ਕੇ ਬੰਦੇ ਨੂੰ। ਬਹੁਤ ਨਜਾਇਜ਼ ਕੁੱਟਿਆ ਇਹਨੂੰ, ਚੱਕ ਕੇ ਲੈ ਕੇ ਗਏ ਅਸੀਂ। ਇਹਨਾਂ ਦੇ ਇੱਕ ਤਾਂ ਇਹਦਾ ਡੈਡੀ ਕੁੜੀ ਦਾ, ਅਤੇ ਇੱਕ ਚਾਚਾ ਜੀ ਇਹਦਾ, ਅਤੇ ਇਹਦਾ ਬੂਆ ਦਾ ਮੁੰਡਾ ਜਿਹੜਾ ਮੇਨ ਸੀ। ਉਹਨੇ ਮਿੱਠੀ ਗੋਲੀਆਂ ਦਿੱਤੀਆਂ ਵੀ ਆ ਜਾਓ ਤੁਸੀਂ ਸਾਡੇ ਕੋਲ, ਵੀ ਅਸੀਂ ਹੈਗੇ ਹਾਂ ਤੁਹਾਡੇ ਨਾਲ। ਉਹਨੇ ਸਕੀਮ ਲਾ ਤੀ, ਫੋਨ ਕਰਤਾ ਪਿੱਛੋਂ ਉਹਨਾਂ ਨੇ ਗੱਡੀ ਲਾ ਲਈ ਘਰਦਿਆਂ ਨੇ, ਅਤੇ ਇਹਨੇ ਅੰਦਰ ਬਿਠਾਏ ਕਮਰੇ 'ਚ, ਠੀਕ ਹੈ ਜੀ। ਅਤੇ ਉਹ ਤੋਂ ਬਾਅਦ ਇਹਨੂੰ ਪਤਾ ਨਹੀਂ ਸੀਗਾ ਕੀ ਹੋਣਾ ਕੀ ਨਹੀਂ ਜੀ, ਅਤੇ ਬਿਠਾ ਕੇ ਜਿਮੀ ਆ ਗਏ ਇਹਨਾਂ ਨੂੰ ਕਮਰੇ 'ਚ ਬੰਦ ਕਰਕੇ, ਮੂੰਹ ਬੰਦ ਕਰਕੇ ਹੀ ਇਹਨਾਂ ਕੁੱਟਿਆ। ਅਤੇ ਜਿਸ ਦਿਨ ਇਹਨੂੰ ਹਸਪਤਾਲ ਲੈ ਕੇ ਗਏ ਉਸ ਦਿਨ ਰਾਤ ਨੂੰ ਇਹ ਬੋਲ ਰਿਹਾ ਸੀ, ਚੀਕਾਂ ਮਾਰ ਰਿਹਾ ਸੀ, ਕਹਿੰਦਾ ਮੈਨੂੰ ਛੱਡ ਦਿਓ, ਮੈਨੂੰ ਨਾ ਮਾਰੋ, ਚਾਚਾ ਮੈਨੂੰ ਬਚਾ ਲਿਆ, ਪਾਪਾ ਮੈਨੂੰ ਬਚਾ ਲਿਆ, ਸਭ ਇੰਨੀ ਪੁੱਛਣਾ। ਮੂੰਹ 'ਤੇ ਹੱਥ ਰੱਖ ਕੇ ਅਸੀਂ ਉਹਨੂੰ ਚੁੱਪ ਕਰਾਇਆ ਪੂਰਾ। ਤੁਸੀਂ ਜੇ ਨਹੀਂ ਤੁਹਾਨੂੰ ਪਤਾ ਤਾਂ ਤੁਸੀਂ ਜਾ ਕੇ ਹਸਪਤਾਲ ਦੇਖ ਸਕਦੇ ਹੋ, ਉਹਨੇ ਸਾਰਾ ਹਸਪਤਾਲ ਸਿਰ 'ਚ ਚੱਕ ਰੱਖਿਆ ਸੀ। ਕੁੱਟਣ ਤੋਂ ਬਾਅਦ ਹਸਪਤਾਲ ਲੈ ਗਏ ਸੀ ਉਹਨੂੰ, ਚੱਕ ਕੇ ਸਾਨੂੰ ਦੇਖ ਲਿਆ ਸੀ, ਘਰ ਦੇ ਬਾਹਰ ਖੜੇ ਸੀ। ਗਲੀ 'ਚੋਂ ਬਾਹਰ ਖੜੇ ਸੀ ਸਾਰੇ ਮੁੰਡੇ ਅਸੀਂ, ਅਤੇ ਜਿਹੜਾ ਉਹ ਵਕੀਲ ਹੈ ਉਹ ਸਾਡੇ ਗਣੀ ਨੂੰ ਆ ਰਿਹਾ ਸੀਗਾ, ਰਵੀ ਜਿੰਦਲ ਉਹਨੂੰ ਆ ਰਿਹਾ ਸੀਗਾ, ਅਤੇ ਉਹ ਸਾਨੂੰ ਦੇਖ ਕੇ ਮੁੜ ਗਿਆ, ਸਾਨੂੰ ਚੱਕ ਨਹੀਂ ਦੇ ਰਿਹਾ ਸੀ, ਸਾਨੂੰ ਸਾਡੇ 'ਤੇ ਹੈਵੀ ਹੋ ਰਿਹਾ ਸੀ। ਇਹ ਸਾਡੇ ਕੋਲ ਰਜੇਸ਼ ਕੁਮਾਰ ਨੇ ਆਪਣਾ ਬਿਆਨ ਲਿਖਾਇਆ ਸੀਗਾ, ਸੰਗਰੂਰ ਤੋਂ ਹੀ ਹੈ। ਉਹਨੇ ਦੱਸਿਆ ਸੀ ਵੀ ਮੇਰਾ ਭਤੀਜਾ ਜਿਹੜਾ ਹੈ ਅਮਨ ਅਰੋੜਾ, ਵੀ ਉਹਦੀ ਜਿਹੜੀ ਕੁੱਟਮਾਰ ਕਰੀ ਸੀ ਉਹਨੂੰ ਘਰ ਇੱਥੇ ਰੋਕ ਕੇ, ਉਹਦੇ ਆਧਾਰ 'ਤੇ ਜਿਹੜਾ ਅਸੀਂ ਬਿਆਨਾਂ ਦੇ ਆਧਾਰ 'ਤੇ ਅਸੀਂ ਦੋਸ਼ੀਆਂ ਦੇ ਖਿਲਾਫ਼ ਜਿਹੜੇ ਉਹਨਾਂ ਨੇ ਲਿਖਾਏ ਸੀ ਉਹਨਾਂ ਦੇ ਖਿਲਾਫ਼ 307 IPC ਦਾ ਮੁਕੱਦਮਾ ਦਰਜ ਕਰਤਾ, ਤਫਤੀਸ਼ ਜਾਰੀ ਹੈ, ਦੋਸ਼ੀਆਂ ਨੂੰ ਜਲਦੀ ਜਿਹੜਾ ਹੈ ਗ੍ਰਿਫਤਾਰ ਕੀਤਾ ਜਾਏਗਾ। Please subscribe our channel for more updates. You can follow us Twitter and Facebook.